ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਦੇਵ ਸਿੰਘ, ਪਿੰਡ ਵਧਨੀ ਕਾ। ਅੱਜ ਤੋਂ ਇੱਕ ਮਹੀਨਾ ਪਹਿਲਾਂ ਮੇਰਾ ਵੇਟ 182 ਕਿਲੋ ਸੀ ਔਰ ਬੜੇ ਵੇਟ ਦੀ ਵਜ੍ਹਾ ਨਾਲ ਮੈਨੂੰ ਰਾਤ ਨੂੰ ਸੌਣ ਦੇ ਵਿੱਚ ਬਹੁਤ ਤਕਲੀਫ ਆਉਂਦੀ ਸੀ। ਮੇਰਾ ਸਾਹ ਵਾਰ ਵਾਰ ਟੁੱਟਦਾ ਸੀ, ਮੇਰਾ BP ਹਾਈ ਰਹਿੰਦਾ ਸੀ, ਤੁਰਨ ਲੱਗੇ ਲੱਤਾਂ 'ਚ ਗੋਡਿਆਂ 'ਚ ਬਹੁਤ ਦਰਦ ਰਹਿੰਦਾ ਸੀ ਔਰ ਇਹਦੇ ਨਾਲ ਮੈਨੂੰ ਕਈ ਤਕਲੀਫਾਂ ਸੀ। ਇਸ ਕਰਕੇ ਮੈਂ ਕਈ ਡਾਕਟਰਾਂ ਨਾਲ ਰਾਬਤਾ ਕਾਇਮ ਕੀਤਾ। ਮੈਂ ਲੁਧਿਆਣੇ ਵੀ ਗਿਆ, ਜਲੰਧਰ ਵੀ ਗਿਆ, ਦਰਾਹੇ ਵੀ ਗਿਆ, ਖੰਨੇ ਵੀ ਗਿਆ, ਕਈ ਥਾਵਾਂ 'ਤੇ ਗਿਆ। ਬਾਅਦ ਦੇ ਵਿੱਚ ਮੈਂ ਡਾਕਟਰਾਂ ਮਦਸੂਦ ਨਾਲ ਰਾਬਤਾ ਕਾਇਮ ਕੀਤਾ। ਮੈਂ ਇਹਨਾਂ ਕੋਲ 1-2 ਵਾਰੀ ਆਇਆ, ਇਹਨਾਂ ਨੇ ਮੇਰਾ ਚੈੱਕਅਪ ਕੀਤਾ ਔਰ ਮੈਨੂੰ ਮੈਂ ਦੇਖਦਾ ਸੀ ਇਹਨਾਂ ਕੋਲ ਕਾਫੀ ਮਰੀਜ਼ ਆ ਰਹੇ ਸੀ, USA ਤੋਂ, ਕਨੇਡਾ ਤੋਂ, ਬਠਿੰਡੇ ਤੋਂ, ਜਲੰਧਰ ਤੋਂ, ਲੁਧਿਆਣੇ ਤੋਂ। ਇਸ ਕਰਕੇ ਮੈਨੂੰ ਇਹਨਾਂ 'ਤੇ ਥੋੜ੍ਹਾ ਜਿਹਾ ਵਿਸ਼ਵਾਸ ਵੱਧ ਗਿਆ। ਇਹਨਾਂ ਨੇ ਮੇਰੀ ਚੈੱਕਅਪ ਕੀਤਾ ਔਰ ਮੈਂ ਇਹਨਾਂ ਨੂੰ ਕਿਹਾ ਵੀ ਮੇਰਾ ਜਲਦੀ ਜਲਦੀ ਓਪਰੇਸ਼ਨ ਕਰ ਦਿਉ ਕਿਉਂਕਿ ਮੈਂ ਬਹੁਤ ਤੰਗ ਸੀਗਾ। ਇਹਨਾਂ ਨੇ ਮੇਰਾ ਚੈੱਕਅਪ ਕਰਨ ਤੋਂ ਬਾਅਦ ਇਹਨਾਂ ਨੇ ਮੈਨੂੰ ਸਲਾਹ ਦਿੱਤੀ ਵੀ ਮੈਨੂੰ ਸਾਹ 'ਚ ਬਹੁਤ ਤਕਲੀਫ ਹੈ, ਇਸ ਕਰਕੇ ਇਹਨਾਂ ਨੇ ਮੈਨੂੰ ਸਾਹ ਵਾਲੀ ਮਸ਼ੀਨ ਲਾਉਣ ਵਾਸਤੇ ਘਰ ਦਿੱਤੀ। ਪਰ ਮੈਂ ਘਰ ਲੈ ਗਿਆ, ਮਸ਼ੀਨ ਮੇਰੇ ਕੋਲ ਸਹੀ ਤਰੀਕੇ ਨਾਲ ਲੱਗੀ ਨਹੀਂ। ਇਹਨਾਂ ਨੇ ਫਿਰ ਮੈਨੂੰ ਰਾਤ ਨੂੰ, ਮੈਂ ਇੱਥੇ ਆਉਂਦਾ ਸੀ, ਮੇਰੇ ਮਸ਼ੀਨ ਲਾਉਂਦੇ ਸੀ, ਮੇਰੀ ਆਕਸੀਜਨ ਪੂਰੀ ਕੀਤੀ। ਇਹਨਾਂ ਦੀ ਟੀਮ ਬਹੁਤ ਵਧੀਆ ਵਾ, ਇਹਨਾਂ ਨੇ ਮੇਰੀ ਫੁੱਲ ਤਿਆਰੀ ਕਰਵਾਈ। ਇਸ ਤਰ੍ਹਾਂ ਇਹਨਾਂ ਨੇ ਕੋਈ ਮੈਨੂੰ ਕਾਹਲੀ ਨਹੀਂ ਕੀਤੀ ਓਪਰੇਸ਼ਨ ਦੀ, ਵੀ ਜਲਦੀ ਜਲਦੀ ਓਪਰੇਸ਼ਨ ਕਰ ਲਈਏ। ਇਹਨਾਂ ਨੇ ਮੇਰੀ ਫੁੱਲ ਤਿਆਰੀ ਕਰਾ ਕੇ ਅੱਜ ਤੋਂ 15 ਦਿਨ ਪਹਿਲਾਂ ਮੇਰਾ ਓਪਰੇਸ਼ਨ ਹੋਇਆ। ਮੇਰਾ ਇਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਔਰ ਇਸ ਟਾਈਮ ਮੇਰਾ ਵੇਟ 20 ਕਿਲੋ ਘੱਟ ਗਿਆ। 182 ਕਿਲੋ ਤੋਂ ਹੁਣ ਮੇਰਾ ਵੇਟ 162 ਕਿਲੋ ਆ ਗਿਆ ਔਰ ਇਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਰਿਲੀਫ ਮਿਲੀ। ਮੈਨੂੰ ਰਾਤ ਨੂੰ ਪ੍ਰੋਪਰ ਨੀਂਦ ਆਉਂਦੀ ਹੈ, ਕੋਈ ਘਰਾੜੇ ਨਹੀਂ ਮੈਨੂੰ ਵੱਜਦੇ, ਤੁਰਨ ਲੱਗੇ ਮੇਰੀ ਤਕਲੀਫ ਬਹੁਤ ਜ਼ਿਆਦਾ ਘੱਟ ਗਈ। 15 ਦਿਨਾਂ ਦੇ ਵਿੱਚ ਵੀ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ। ਇਹਨਾਂ ਨੇ ਮੈਨੂੰ 4 ਮਹੀਨੇ ਤੋਂ ਲੈ ਕੇ 6 ਮਹੀਨੇ ਦਾ ਟਾਈਮ ਦਿੱਤਾ ਹੈਗਾ। 6 ਮਹੀਨੇ ਦੇ ਵਿੱਚ ਮੇਰੀਆਂ ਸਾਰੀਆਂ ਬਿਮਾਰੀਆਂ ਕਿਓਰ ਹੋ ਜਾਣਗੀਆਂ ਔਰ ਇਹਨਾਂ ਦਾ ਬਹੁਤ ਹੀ, ਇਹਨਾਂ ਨੇ ਜੋ ਵੀ ਮੈਨੂੰ ਇੱਥੇ ਪਹਿਲਾਂ 15 ਦਿਨ ਪਹਿਲਾਂ ਮੇਰੀ ਟ੍ਰੀਟਮੈਂਟ ਕੀਤੀ ਉਹ ਪੈਕੇਜ ਦੇ ਵਿੱਚ ਨਹੀਂ ਕੀਤੀ ਸੀ, ਪਰ ਇਹਨਾਂ ਨੇ ਮੈਨੂੰ ਮੇਰੇ ਕੋਲ ਪੈਸੇ ਪੈਕੇਜ ਦੇ ਹੀ ਲਏ, ਮੇਰੇ ਕੋਲ ਕੋਈ ਖਰਚਾ ਨਹੀਂ ਲਿਆ ਔਰ ਮੈਨੂੰ ਇਹਨਾਂ ਨੇ ਪੂਰੀ ਦਵਾਈ ਬਹੁਤ ਵਧੀਆ, ਜਿੰਨਾ ਚਿਕਰ ਮੈਂ ਇੱਥੇ ਰਿਹਾ ਮੇਰਾ ਕੋਈ ਖਰਚਾ ਨਹੀਂ ਹੋਇਆ। ਪੈਕੇਜ ਦੇ ਜੋ ਵੀ ਮੈਂ ਇਹਨਾਂ ਨੇ ਪੈਸੇ ਕੀਤੇ, ਇਹਨਾਂ ਨੇ ਮੇਰੇ ਕੋਲ ਓਨੇ ਹੀ ਪੈਸੇ ਲਏ, ਮੇਰੇ ਕੋਲ ਕੋਈ ਫਾਲਤੂ ਖਰਚਾ, ਕੋਈ ਐਕਸਟਰਾ ਚਾਰਜ ਨਹੀਂ ਲਿਆ ਔਰ ਇਹਨਾਂ ਦੀ ਟੀਮ ਬਹੁਤ ਵਧੀਆ ਵਾ। ਮੈਨੂੰ ਬੜੇ ਪਿਆਰ ਦੇ ਨਾਲ, ਬੜੇ ਬਹੁਤ ਤਰੀਕੇ ਨਾਲ, ਮੇਰੇ ਇੰਨੇ ਕੁ ਵਧੀਆ ਰਿਲੇਸ਼ਨ ਬਣ ਗਏ। ਇਹਨਾਂ ਦੇ ਸਟਾਫ ਮੈਨੂੰ ਆਪਦੇ ਫੈਮਿਲੀ ਮੈਂਬਰ ਵਾਂਗੂ ਲੱਗਣ ਲੱਗ ਗਿਆ ਔਰ ਮੈਨੂੰ ਇਸ ਟਾਈਮ ਬਹੁਤ, ਮੈਂ ਰਿਲੀਫ 'ਚ ਹੈ, ਬਹੁਤ ਮੈਨੂੰ ਜ਼ਿਆਦਾ ਰਿਲੀਫ ਮਿਲੀ ਹੈ। ਮੈਨੂੰ ਰਾਤ ਨੂੰ ਨੀਂਦ ਪੂਰੀ ਵਧੀਆ ਆਉਂਦੀ ਹੈ, ਮੇਰੇ BP ਦੀ ਗੋਲੀ ਬੰਦ ਹੋ ਗਈ, ਸ਼ੂਗਰ ਤਾਂ ਮੈਨੂੰ ਹੈ ਨਹੀਂ ਸੀਗੀ ਅਤੇ ਹੋਰ ਕਾਫੀ ਮੈਨੂੰ ਬਿਮਾਰੀਆਂ ਜਿਹੜੀਆਂ ਹੈਗੀਆਂ ਮੈਨੂੰ ਹੌਲੀ ਹੌਲੀ ਜਿਹੜੀਆਂ ਵੱਧਦੀਆਂ ਜਾਂਦੀਆਂ ਸੀਗੀਆਂ ਉਹ ਸਭ ਠੀਕ ਹੋ ਗਈ। ਮੇਰਾ ਵੀਡੀਓ ਬਣਾਉਣ ਦਾ ਮੇਨ ਮਕਸਦ ਸਿਰਫ ਇਹੀ ਹੈ ਵੀ ਮੇਰੇ ਵਰਗੇ ਹੋਰ ਭੈਣ ਭਰਾ ਜਿਹੜੇ ਉਹ ਡਿਲੇਅ ਨਾ ਕਰਨ, ਕਿਉਂਕਿ ਮੈਂ ਤਾਂ 2-3 ਸਾਲ ਡਿਲੇਅ ਕਰਤਾ। ਮੇਰਾ ਵੇਟ 140 ਕਿਲੋ ਤੋਂ 182 ਕਿਲੋ ਹੋ ਗਿਆ ਔਰ ਮੈਨੂੰ ਕਈ ਤਕਲੀਫਾਂ ਹੋ ਗਈਆਂ। ਹੋ ਸਕਦਾ ਵਾ ਮੇਰਾ ਹਾਰਟ ਅਟੈਕ ਹੀ ਹੋ ਜਾਂਦਾ, ਪਰ ਮੈਂ ਹੁਣ ਆਪਦੇ ਭੈਣ ਭਰਾਵਾਂ ਨੂੰ ਇਹੀ ਕਹਿੰਦਾ ਵਾ ਡਰਨ ਦੀ ਲੋੜ ਨਹੀਂ ਹੈਗੀ। ਜਿਹੜਾ ਇਹਨਾਂ ਨੇ ਓਪਰੇਸ਼ਨ ਕੀਤਾ ਦੂਰਬੀਨ ਰਾਹੀਂ ਕਰਦੇ ਆ, ਕੋਈ ਤਕਲੀਫ ਨਹੀਂ, ਕੋਈ ਪਤਾ ਨਹੀਂ ਲੱਗਦਾ। ਇੱਥੋਂ ਤੱਕ ਕਿ ਮੈਂ ਓਪਰੇਸ਼ਨ ਥੀਏਟਰ ਤੋਂ ਆਪ ਤੁਰ ਕੇ ਬਾਹਰ ਆ ਗਿਆ, ਕੋਈ ਪਾਈਪ ਨਹੀਂ ਲੱਗਦੀ, ਕੋਈ ਢੂਈ ਦੇ ਵਿੱਚ ਟੀਕਾ ਨਹੀਂ ਲਾਉਂਦੇ ਗਏ ਜਿਹਦੇ ਨਾਲ ਤੋੜ ਲੱਗਦੀ ਹੈ, ਸਿਰਫ ਥੋੜ੍ਹਾ ਜਿਹਾ ਬੇਹੋਸ਼ ਕਰਦੇ ਆ ਔਰ 2-3 ਘੰਟੇ ਦਾ ਪ੍ਰੋਸੀਜਰ ਹੈ। ਬਹੁਤ ਵਧੀਆ ਢੰਗ ਦੇ ਨਾਲ ਓਪਰੇਸ਼ਨ, ਕੋਈ ਡਰਨ ਦੀ ਲੋੜ ਨਹੀਂ ਹੈਗੀ, ਕੋਈ ਬਿਮਾਰੀ ਵਧਾਉਣ ਦੀ ਲੋੜ ਨਹੀਂ। ਮੈਂ ਆਪਦੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਵੀ ਜੋ ਵੀ ਕਿਸੇ ਨੂੰ ਮੋਟਾਪੇ ਦੀ ਪ੍ਰੋਬਲਮ ਹੈਗੀ ਆ ਉਹ ਤੁਸੀਂ ਜ਼ਿਆਦਾ ਨਾ ਵਧਾਓ, ਤੁਸੀਂ ਜਲਦੀ ਤੋਂ ਜਲਦੀ ਡਾਕਟਰ ਅਮਿਤ ਸੂਦ ਨਾਲ ਰਾਬਤਾ ਕਾਇਮ ਕਰੋ ਔਰ ਜ਼ਿੰਦਗੀ ਵਧੀਆ ਤਰੀਕੇ ਨਾਲ ਗੁਜ਼ਾਰੋ। ਸਤਿ ਸ਼੍ਰੀ ਅਕਾਲ।